ਕਾਰਪੋਰੇਸ਼ਨ ਇਲੈਕਸ਼ਨ ਹੈ ਜਾਂ ਬਾਕੀ ਵਰਗੀਆਂ ਨਗਰ ਪੰਚਾਇਤ ਇਲੈਕਸ਼ਨ ਹੈ ਜਾਂ ਸਾਡੇ 2019 ਦਾ ਇਲੈਕਸ਼ਨ ਉਹਦੀ ਸਾਨੂੰ ਤਿਆਰੀ ਇਸ ਵੇਲੇ ਫੁੱਲ ਦਿੱਤੀ ਹੈ ਔਰ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਇਸ ਵਾਸਤੇ ਇਹਨਾਂ ਨੂੰ ਮਤਲਬ ਇਸੇ ਚੀਜ਼ ਵਾਸਤੇ ਸੱਦਿਆ ਪ੍ਰੈਸ ਨੂੰ ਹੀ ਤਾਂ ਸੱਦਿਆ ਮੈਂ ਤਾਂ ਕਿ ਅਸੀਂ ਆਪਣੇ ਜੋ ਹੈ ਅਸੀਂ ਵੀ ਬੜੇ ਵਧੀਆ ਪਾਰਦਰਸ਼ੀ ਤਰੀਕੇ ਨਾਲ ਲੜਾਂਗੇ ਔਰ ਉਮੀਦ ਕਰਦੇ ਹਾਂ ਕਿ ਜਿਹੜੀਆਂ ਪੰਚਾਇਤੀ ਚੋਣਾਂ ਉਹਨੂੰ ਵੀ ਕਾਂਗਰਸ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਲੀਡ ਤੇ ਜਿੱਤੂਗੀ ਕਿਉਂਕਿ ਲੋਕ ਜਿਹੜੇ ਆ ਉਹ ਕੈਪਟਨ ਸਾਹਿਬ ਨੂੰ ਔਰ ਕਾਂਗਰਸ ਪਾਰਟੀ ਨੂੰ ਪਸੰਦ ਕਰਦੇ ਸੀ ਅੱਜ ਜਿੰਨਾ ਕੁਛ ਹੋ ਰਿਹਾ ਉਹਨਾਂ ਨੇ ਲੋਕਾਂ ਨੇ ਇਸ ਚੀਜ਼ ਨੂੰ ਵੀ ਪਸੰਦ ਕੀਤਾ ਵੀ ਸਰਕਾਰ ਬਦਲਣ ਤੋਂ ਬਾਅਦ ਕੋਈ ਬਦਲੇ ਖੋਰੇ ਦੀ ਭਾਵਨਾ ਨਹੀਂ ਰੱਖੀ ਡਿਵੈਲਪਮੈਂਟ ਵੱਲ ਸਾਰਾ ਜ਼ੋਰ ਹੈ ਉਹ ਗੱਲ ਵੱਖਰੀ ਹੈ ਕਿ ਅਜੇ ਫੰਡਾਂ ਦੀ ਘਾਟ ਕਰਕੇ ਔਰ 5 ਸਾਲ ਸਰਕਾਰ ਚੱਲਣੀ ਹੁੰਦੀ ਅਜੇ ਪਹਿਲਾ ਸਾਲ ਦੋ ਫਸਲਾਂ ਚੱਕ ਹੋਈਆਂ ਬੜੀਆਂ ਵਧੀਆ ਚੱਕ ਹੋਈਆਂ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਸਾਰਾ ਕੁਛ ਜਿੱਦਾਂ ਹੈ ਉਹ ਸਮੂਥਲੀ ਹੋ ਜੂਗਾ ਸਾਰੇ ਐਮਸੀਆਂ ਨੂੰ ਮੈਂ ਬਹੁਤ ਬਹੁਤ ਵਧਾਈ ਵੀ ਦਿੰਦਾ ਜਿਹੜੇ ਬੰਦੂਰ ਅਤੇ ਧਰਮਪੁਰ ਦੇ ਜਿੰਨੇ ਵੀ ਐਮਸੀ ਕਾਂਗਰਸ ਪਾਰਟੀ ਦੇ ਜਿੱਤੇ ਆ ਅਤੇ ਨਾਲ ਉੱਥੋਂ ਦਾ ਜਨਤਾ ਦਾ ਸਾਡੀ ਦਾ ਧੰਨਵਾਦ ਵੀ ਕਰਦੇ ਇਹ ਜਿਹੜੀ ਜਿੱਤ ਹੋਈ ਆ ਇਹ ਸਾਡੀ ਕਾਂਗਰਸ ਪਾਰਟੀ ਦੀ ਨਾਲ ਇਹ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਦੇ ਮੁੱਖ ਮੰਤਰੀ ਜੀ ਦੀ 10 ਮਹੀਨਿਆਂ ਦੀ ਜਿਹੜੀ ਕਾਰਜਕਾਰੀ ਹੈ ਉਹ ਇੱਥੇ ਲੋਕਾਂ ਨੇ ਮੋਹਰ ਲਾਈ ਬਹੁਤ ਵੱਡਾ ਫਤਵਾ ਦਿੱਤਾ ਕਿ ਅਸੀਂ ਜਿਹੜੀ ਉਹਦੇ ਉਹਨਾਂ ਨੇ ਫਤਵਾ ਦਿੱਤਾ ਅਸੀਂ ਉਹਦੇ 'ਤੇ ਪੂਰਾ ਉਤਰਾਂਗੇ ਕਰਮ ਇਹਦੇ ਮਸਲਾ ਜਿਹੜਾ ਹੁਣ ਹੈਗੇ ਉਹ ਕੰਮ ਕਰ ਸਾਰੇ ਜਿਹੜੇ ਆ ਉਹ ਫੰਡ ਜਿਹੜੇ ਮੁਹੱਈਆ ਹੋ ਚੁੱਕੇ ਆ ਪਹਿਲਾਂ ਇਸ ਤੋਂ ਮਗਰੋਂ ਜਦੋਂ ਹੁਣ ਕਮੇਟੀ ਜਿਹੜੀ ਹੈਗੀ ਆ ਉਹ ਪ੍ਰਧਾਨ ਦੀ ਚੋਣ ਹੋ ਗਈ ਉਸ ਤੋਂ ਮਗਰੋਂ ਜਿਹੜੇ ਕੰਮ ਕਰ ਸਾਰੇ ਸ਼ੁਰੂ ਹੋ ਜਾਣੇ ਆ ਸਾਰੇ ਮੋਗਾ ਸੇ ਜਾਗਰਤੀ ਲਹਿਰ ਕੇ ਲੀਏ ਕੈਮਰਾਮੈਨ ਨਵੀਨ ਸਿੰਗਲਾ ਕੇ ਸਾਥ ਲਕਸ਼ਮਣਜੀਤ ਸਿੰਘ ਪੁਰਵਾ ਕੀ ਰਿਪੋਰਟ।